ਹਾਂਜੀ ਦੋਸਤੋ, ਸਵਾਗਤ ਆ ਤੁਹਾਡਾ ਮਨਵਰ ਫਿਟਨੈਸ 'ਤੇ। ਇੱਕ ਵਾਰ ਫਿਰ ਤੋਂ ਇੱਕ ਨਵੇਂ ਟੌਪਿਕ 'ਤੇ ਨਵੀਂ ਵੀਡੀਓ ਲੈ ਕੇ ਤੁਹਾਡੇ ਲਈ ਹਾਜ਼ਰ ਹਾਂ ਦੋਸਤੋ। ਥੋੜ੍ਹਾ ਟਾਈਮ ਪਹਿਲਾਂ ਮੈਂ ਵੀਡੀਓ ਅਪਲੋਡ ਕਰਕੇ ਹਟਿਆ। ਬੜੇ ਦੁੱਖ ਦੀ ਖਬਰ ਆ ਪੂਰੇ ਪੰਜਾਬੀ ਜਗਤ ਦੇ ਲਈ ਕਿ ਸਤਨਾਮ ਖੱਟੜਾ ਵਰਗਾ ਦਿੱਗਜ ਪਲੇਅਰ, ਐਥਲੀਟ, ਮਾਡਲ ਸਾਡੇ ਵਿਚਕਾਰ ਅੱਜ ਨਹੀਂ ਰਿਹਾ। ਹਾਰਟ ਅਟੈਕ ਦੀ ਵਜ੍ਹਾ ਕਰਕੇ ਜਿਹੜੀ ਉਸ ਬੰਦੇ ਦੀ ਡੈਥ ਹੋ ਗਈ, ਬਹੁਤ ਦੁੱਖ ਦੀ ਗੱਲ ਹੈ। ਬੜੇ ਸੋ ਕਾਲਡ ਕੋਚਿਸ, ਬੁੱਧੀਜੀਵੀ, ਫੇਸਬੁੱਕ ਕੀ ਵਿਦਵਾਨ ਇਸ ਗੱਲ 'ਤੇ ਰਾਜਨੀਤੀ ਕਰੀ ਜਾਂਦੇ ਆ, ਪੋਸਟਾਂ ਪਾਈ ਜਾਂਦੇ ਨੇ, ਚਾਰ ਕੁ ਡੱਬਿਆਂ ਦੀਆਂ ਫੋਟੋਆਂ ਖਿੱਚ ਕੇ ਸਪਲੀਮੈਂਟਸ ਦੇ ਦੀਆਂ, ਅਤੇ ਨਾਲ ਉਹ ਮਸ਼ਹੂਰੀ ਕਰ ਰਹੇ ਨੇ ਕਿ ਨੌਜਵਾਨ ਜਿਹੜੇ 16-17 ਸਾਲਾਂ ਦੇ ਇਹੋ ਜਿਹੇ ਡੌਲਿਆਂ ਵਾਲਿਆਂ ਨੂੰ ਦੇਖ ਕੇ ਕਾਪੀ ਕਰਨਾ ਸ਼ੁਰੂ ਕਰ ਦਿੰਦੇ ਨੇ ਅਤੇ ਆਹ ਡੱਬੇ ਖਾਣ ਲੱਗ ਜਾਂਦੇ ਨੇ, ਜਿਹਦੇ ਕਰਕੇ ਉਹਨਾਂ ਦੀਆਂ ਕਿਡਨੀਆਂ ਜਿਹੜੀਆਂ, ਗੁਰਦੇ, ਲਿਵਰ, ਹਾਰਟ ਸਾਰਾ ਕੁਝ ਫੇਲ ਹੋ ਜਾਂਦਾ ਅਤੇ ਅਲਟੀਮੇਟਲੀ ਡੈਥ ਹੋ ਜਾਂਦੀ ਆ। ਕਿਰਪਾ ਕਰਕੇ ਇਹੋ ਜਿਹੇ ਡੰਗਰਾਂ ਦੀਆਂ ਗੱਲਾਂ ਵਿੱਚ ਨਾ ਆਓ। ਕਿਸੇ ਨੂੰ ਕੁਛ ਨਹੀਂ ਪਤਾ ਹੁੰਦਾ, ਇੱਕ ਸਟੂਪਿਡ ਸਟੇਟਮੈਂਟ ਦੇ ਦਿੰਦਾ ਬੰਦਾ ਮੂੰਹ ਚੱਕ ਕੇ, ਕੋਈ ਲੌਜਿਕ ਨਹੀਂ ਹੁੰਦਾ, ਕਿਸੇ ਗੇਮ ਦੀ ABC ਨਹੀਂ ਪਤਾ ਹੁੰਦੀ ਉਹਨਾਂ ਨੂੰ। ਦੇਖੋ, ਕਿਸੇ 'ਤੇ ਮੈਂ ਰਿਐਕਟ ਤਾਂ ਨਹੀਂ ਕਰਨਾ ਚਾਹੁੰਦਾ ਹੁੰਦਾ, ਬਟ ਜੇਕਰ ਕੋਈ ਤੁਹਾਨੂੰ ਇਸ ਤਰ੍ਹਾਂ ਮਿਸਗਾਈਡ ਕਰ ਰਿਹਾ, ਉਹਦੀਆਂ ਗੱਲਾਂ ਦੇ ਵਿੱਚ ਵੀ ਨਹੀਂ ਆਉਣਾ। ਦੇਖੋ, ਜਿਵੇਂ ਮੈਂ ਪਹਿਲਾਂ ਵੀ ਕਹਿਣਾ ਹੁੰਦਾ, ਆਪਦਾ ਪ੍ਰੋਪਰ ਚੈੱਕਅਪ ਕਰਵਾਓ। ਤੁਹਾਡੇ ਜੇਕਰ ਔਰਗਨਸ, ਹਾਰਟ, ਲਿਵਰ, ਕਿਡਨੀ, ਬ੍ਰੇਨ, ਬਲੱਡ ਪ੍ਰੈਸ਼ਰ ਸਾਰਾ ਕੁਛ ਓਕੇ ਹੈ, ਨੋਰਮਲ ਹੈ, ਤੁਹਾਡਾ ਹਾਰਟ ਸਹੀ ਫੰਕਸ਼ਨ ਕਰ ਰਿਹਾ, ਤਾਂ ਤੁਸੀਂ ਇੱਕ ਸਹੀ ਜੈਨੂਅਨ ਬ੍ਰਾਂਡ ਦਾ ਕੋਈ ਵੀ ਸਪਲੀਮੈਂਟ ਵਰਤ ਲਓ, ਉਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਆਊਗਾ ਤੁਹਾਨੂੰ, ਜੇਕਰ ਤੁਸੀਂ ਅਸਲੀ ਸਪਲੀਮੈਂਟ ਖਾ ਰਹੇ ਹੋ ਚੰਗੀ ਕੰਪਨੀ ਦਾ। ਜੇਕਰ ਕੋਈ ਵੀ ਬੰਦਾ ਇਹ ਸਾਬਤ ਕਰਦਾ ਕਿ ਉਸ ਸਪਲੀਮੈਂਟ ਨੂੰ ਖਾਣ ਦੇ ਨਾਲ ਤੁਹਾਨੂੰ ਸਾਈਡ ਇਫੈਕਟ ਆਉਣਗੇ, ਤਾਂ ਤੁਸੀਂ ਪਹਿਲਾਂ ਤੋਂ ਫਿਜ਼ੀਕਲੀ ਫਿੱਟ ਹੋਣੇ ਚਾਹੀਦੇ ਹੋ ਪਹਿਲਾਂ, ਇਹ ਕੰਡੀਸ਼ਨ ਜ਼ਰੂਰੀ ਹੈ, ਤਾਂ ਮੈਂ ਚੈਨਲ ਆਪਣਾ ਅੱਜ ਹੀ ਡਿਲੀਟ ਕਰਨ ਨੂੰ ਤਿਆਰ ਹੈ। ਇਹ ਸੁਣੀਆਂ ਸੁਣਾਈਆਂ ਗੱਲਾਂ ਹੁੰਦੀਆਂ ਨੇ, ਜ਼ਰੂਰ ਆਉਂਦੇ ਆ। 200 ਰੁਪਏ, 300 ਰੁਪਏ ਕਿਲੋ ਦਾ ਅਤੇ 3 ਕਿਲੋ ਦਾ ਡੱਬਾ 700 ਰੁਪਏ ਦਾ, ਕਾਲੇ ਜਿਹੇ ਡੱਬੇ ਆਉਂਦੇ ਨੇ, ਉਹ 3-4 ਹਜ਼ਾਰ ਦੇ ਵਿੱਚ ਹੀ ਆਉਂਦੇ ਨੇ, ਜਿਹੜੇ ਕਿ ਜਾਲੀ ਹੁੰਦੇ ਨੇ, ਦਿਨਾਂ ਦੇ ਵਿੱਚ ਫੁਲਾ ਦਿੰਦੇ ਨੇ, ਮੂੰਹ ਜਾਂ ਫੁੱਲ ਜਾਂਦਾ ਗਾ, ਡੌਲੇ ਵੀ ਨਿਕਲ ਆਉਂਦੇ ਆ, ਢਿੱਡ ਵੀ ਫੁੱਲ ਜਾਂਦਾ, ਢਿੱਡ ਨਹੀਂ ਵੀ ਫੁੱਲਦਾ ਕਈ ਕੇਸਾਂ ਦੇ ਵਿੱਚ। ਦੋਸਤੋ, ਉਹ ਜਾਲੀ ਪ੍ਰੋਡਕਟਸ ਹੁੰਦੇ ਨੇ, ਆਪਦਾ ਪ੍ਰੋਪਰ ਇੰਪੋਰਟਰ ਦੀ ਸੀਲ ਦੇਖ ਲਿਆ ਕਰੋ, ਚੰਗਾ ਇੰਪੋਰਟਰ ਹੋਵੇ, ਕਿਹਨੇ ਇੰਪੋਰਟ ਕੀਤਾ, ਜੇ ਇੰਡੀਅਨ ਯੂਜ਼ ਕਰਨਾ ਤਾਂ ਉਹਦੀ ਵੀ ਹਿਸਟਰੀ ਚੈੱਕ ਕਰ ਲਿਆ ਕਰੋ, ਕਿਹੜਾ ਸਪਲੀਮੈਂਟ ਤੁਸੀਂ ਯੂਜ਼ ਕਰ ਰਹੇ ਹੋ। ਤਾਂ ਇਸ ਤਰ੍ਹਾਂ ਦੇ ਸ਼ਾਤਰ ਲੋਕ ਜਿਨ੍ਹਾਂ ਨੇ ਇੱਕ ਮਿੰਟ ਦੇ ਵਿੱਚ ਸਟੇਟਮੈਂਟ ਦੇਣੀ ਹੁੰਦੀ ਹੈ ਕਿ ਪਾਊਡਰ ਜੇ ਖਾਈ ਜਾਂਦੇ ਹੋ, ਇਹ ਨੁਕਸਾਨ ਕਰਦੇ ਆ, ਇਸ ਤਰ੍ਹਾਂ ਦਾ ਕੁਛ ਨਹੀਂ ਹੁੰਦਾ। ਹਾਂ, ਸਟੈਰੋਇਡਸ ਜਿਹੜੇ ਬੰਦੇ ਲੈਂਦੇ ਨੇ ਨੁਕਸਾਨ ਹੁੰਦਾ, ਸਤਨਾਮ ਖੱਟੜੇ ਦੀ ਗੱਲ ਕਰੀਏ, ਉਹ ਵੀ ਲੈਂਦਾ ਸੀ, ਉਹ ਮੰਨਦਾ ਵੀ ਸੀ, ਬਟ ਇਹ ਨਹੀਂ ਗੱਲ ਹੁੰਦੀ ਕਿ ਨਾਲ ਦੀ ਨਾਲ ਹੀ ਅਸੀਂ ਸਟੇਟਮੈਂਟ ਪਾਸ ਕਰ ਦਈਏ ਕਿ ਡੈਥ ਹੈ ਜਿਹੜੀ ਸਟੈਰੋਇਡਸ ਦੇ ਨਾਲ ਹੀ ਹੋਈ ਹੈ। ਆਮ ਬੰਦੇ ਨੂੰ ਜਦੋਂ ਹਾਰਟ ਅਟੈਕ ਆ ਜਾਂਦਾ, ਉਦੋਂ ਤੁਹਾਡੇ ਕੋਲ ਕੀ ਲੌਜਿਕ ਹੁੰਦਾ? ਤੁਹਾਡੇ ਮਨ ਦੇ ਵਿੱਚ ਇੱਕ ਗੱਲ ਚੱਲਦੀ ਹੈ, ਜੇ ਕੋਈ ਵੱਡੇ ਡੌਲਿਆਂ ਵਾਲਾ ਫਿਰਦਾ ਤਾਂ ਉਹ ਟੀਕੇ ਲਾ ਕੇ ਫਿਰਦਾ, ਚਲੋ ਫਿਰਦਾ, ਅਤੇ ਉਹਦੇ ਕਰਕੇ ਜਿਹੜੇ ਉਹਦੇ ਨੁਕਸਾਨ ਹੋਏ ਆ। ਬਥੇਰੇ ਬੰਦਿਆਂ ਨੂੰ ਮੈਂ ਪਰਸਨਲੀ ਮਿਲਿਆ ਜਿਨ੍ਹਾਂ ਨੇ ਸਾਰੇ ਜਹਾਨ ਦੇ ਟੀਕੇ ਲਾ ਲਏ, ਕੋਈ ਉਹਨਾਂ ਨੂੰ ਰਿਜ਼ਲਟ ਨਹੀਂ ਆਇਆ, ਤਾਂ ਅਲਟੀਮੇਟਲੀ ਉਹ ਕੀ ਹੈਗਾ, ਫਿਰ ਗੇਮ ਨੂੰ ਨਿੰਦਣ ਲੱਗ ਜਾਂਦੇ ਨੇ। ਗੇਮ ਦੀ ਇੱਜ਼ਤ ਕਰੋ, ਪੂਰੀ ਦੁਨੀਆ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਬੋਡੀ ਬਿਲਡਰਸ ਹੈਗੇ ਆ, 60 ਸਾਲ ਦੇ ਵੀ ਆ, 70 ਸਾਲਾਂ ਦੇ ਵੀ ਆ, 80 ਦੇ ਵੀ ਬੈਠੇ ਆ, ਅਤੇ ਉਹ ਵੀ ਯੂਜ਼ ਕਰਦੇ ਆ, ਕਿਸੇ ਤਰੀਕੇ ਨਾਲ ਯੂਜ਼ ਕਰਦੇ ਆ, ਜਿਉਂਦੇ ਬੈਠੇ ਆ। ਅਤੇ ਹਾਂ, ਮੇਰੀ ਯੰਗਸਟਰਸ ਜਿਹੜੇ ਮੇਰੇ ਵਿਊਰਸ ਨੇ, ਉਹਨਾਂ ਨੂੰ ਵੀ ਬੇਨਤੀ ਆ ਕਿ ਇੱਧਰ ਉੱਧਰ ਬੈਠੇ ਜਿਹੜੇ ਵਾਲੇ ਸਿਆਣੇ ਕੋਚ ਨੇ, ਗਰੰਟੀਆਂ ਦੇ ਕੇ ਤੁਹਾਡੇ ਡੌਲੇ ਬਣਵਾਉਂਦੇ ਆ, ਛਾਤੀਆਂ ਬਣਾਉਂਦੇ ਆ, ਉਹਨਾਂ ਤੋਂ ਵੀ ਬਚ ਕੇ ਰਹੋ, ਕਿਉਂਕਿ ਹਰ ਇੱਕ ਬੰਦੇ ਦੀ ਬੋਡੀ ਦੀ ਜਿਹੜੀ ਸ਼ੇਪ ਹੈ, ਜੈਨੇਟਿਕਸ ਹੈ, ਉਹ ਵੱਖਰੇ ਹੁੰਦੇ ਆ। ਪਹਿਲਾਂ ਆਪਦੇ ਪ੍ਰੋਪਰ ਚੈੱਕਅਪ ਕਰਵਾਓ, ਟੈਸਟ ਕਰਵਾਓ, ਕਿਸ ਤਰ੍ਹਾਂ ਤੁਹਾਡੇ ਅੰਦਰੋਂ ਫੰਕਸ਼ਨਿੰਗ ਚੱਲ ਰਹੀ ਹੈ, ਫਿਰ ਜਾ ਕੇ ਤੁਸੀਂ ਅਗਲਾ ਜਿਹੜਾ ਕੋਈ ਸਪਲੀਮੈਂਟ ਵਗੈਰਾ ਯੂਜ਼ ਕਰਨਾ। ਅਤੇ ਮੈਂ ਨਹੀਂ ਕਹਿੰਦਾ ਵੀ ਸਟੈਰੋਇਡ ਯੂਜ਼ ਕਰੋ, ਬਟ ਜਿਹੜੇ ਭਰ ਭਰ ਕੇ ਟੀਕੇ ਤੁਹਾਨੂੰ ਮੂੰਹ ਚੱਕ ਕੇ ਫੜਾ ਦਿੰਦੇ ਆ, ਉਹਨਾਂ ਜਿਹੜੇ ਲੁਟੇਰਿਆਂ ਤੋਂ ਵੀ ਬਚ ਕੇ ਰਹਿਣਾ ਤੁਸੀਂ, ਉਹਨਾਂ ਦੇ ਡੌਲੇ ਦੇਖ ਕੇ ਵੀ ਨਾ ਉਹਨਾਂ ਦੇ ਪ੍ਰਭਾਵ 'ਚ ਆ ਜਾਇਆ ਕਰੋ। ਇਸੇ ਕਰਕੇ ਹੀ ਇਹ ਜਿਹੜੀ ਫਿਟਨੈਸ ਇੰਡਸਟਰੀ ਆ ਪੂਰੀ ਬਦਨਾਮ ਆ। ਅਤੇ ਜੇਕਰ ਇਹ ਇਸੇ ਤਰ੍ਹਾਂ ਹੀ ਚੱਲਦੀ ਗਈ ਅਤੇ ਇਹ ਫੇਸਬੁੱਕੀ ਵਿਦਵਾਨ ਵੀ ਆਪਣੀ ਜਿਹੜੀ ਚੌਧਰ ਝਾੜਦੇ ਰਹੇ, ਤਾਂ ਉਹ ਦਿਨ ਦੂਰ ਨਹੀਂ ਜਿਵੇਂ ਕੈਨੇਡਾ ਦੇ ਵਿੱਚ ਹਾਲਾਤ ਆ ਗਏ ਨੇ। ਅੱਜ ਤੋਂ 25-30 ਸਾਲ ਪਹਿਲਾਂ ਬੋਡੀ ਬਿਲਡਿੰਗ ਪੂਰੇ ਪੀਕ 'ਤੇ ਸੀ, ਜਦੋਂ ਆਰਨਲਡ ਵਰਗਿਆਂ ਨੂੰ ਦੇਖ ਦੇਖ ਕੇ ਯੰਗਸਟਰਸ ਫੋਲੋ ਕਰ ਰਹੇ ਸੀਗੇ ਬੋਡੀ ਬਿਲਡਿੰਗ ਨੂੰ। ਅਤੇ ਬਟ ਬਾਅਦ ਦੇ ਵਿੱਚ ਕਾਫੀ ਗਿਰਾਵਟ ਆਈ ਜਦੋਂ ਸਟੈਰੋਇਡ ਅਬਿਊਜ਼ ਦੇ ਨਾਲ ਬਹੁਤੀ ਗਿਣਤੀ ਦੇ ਵਿੱਚ ਨੌਜਵਾਨਾਂ ਦੀਆਂ ਮੌਤਾਂ ਹੋਣ ਲੱਗ ਗਈਆਂ, ਤਾਂ ਜਿਹੜੇ ਲੋਕ ਫਿਟਨੈਸ, ਇਸ ਫਿਟਨੈਸ ਜਿਹੜੀ ਐਬਸ ਵਾਲੀ ਫਿਟਨੈਸ ਹੈ ਤਾਂ ਵੱਡੇ ਡੌਲਿਆਂ ਵਾਲੀ, ਉਹ ਤੋਂ ਹਟ ਕੇ ਇੱਕ ਜਿਹੜੀ ਨੋਰਮਲ ਫਿਜ਼ੀਕ ਹੁੰਦੀ ਆ, ਹੈਲਦੀ ਵੇਟ ਰੱਖਣਾ ਬੋਡੀ ਦਾ, ਉੱਧਰ ਨੂੰ ਆ ਗਏ ਸੀ। ਹੁਣ ਉੱਥੇ ਲਗਭਗ ਕਰੇਜ਼ ਕਾਫੀ ਹੱਦ ਤੱਕ ਘੱਟ ਚੁੱਕਿਆ ਗਾ।
ਤਾਂ ਮੇਰੀ ਉਹਨਾਂ ਫੇਸਬੁੱਕੀ ਵਿਦਵਾਨਾਂ ਨੂੰ ਵੀ ਬੇਨਤੀ ਹੈ ਕਿ ਬਿਨਾਂ ਕਿਸੇ ਗੱਲ ਤੋਂ ਸਟੇਟਮੈਂਟ ਪਾਸ ਨਾ ਕਰਿਆ ਕਰੋ, ਅਤੇ ਉਹਨਾਂ ਨੌਜਵਾਨਾਂ ਨੂੰ ਵੀ ਬੇਨਤੀ ਆ, ਹਾਂ ਜੇਕਰ ਤੁਸੀਂ ਪ੍ਰੋਫੈਸ਼ਨਲੀ ਬੋਡੀ ਬਿਲਡਿੰਗ ਕਰਨ ਜਾ ਰਹੇ ਹੋ, ਸਟੈਰੋਇਡਸ ਤੋਂ ਬਿਨਾਂ ਪੋਸੀਬਲ ਨਹੀਂ ਹੈਗੀ, ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਚਾਰ ਵਾਰੀ ਪੰਜ ਵਾਰੀ ਸੋਚ ਲਓ ਇਸ ਲਾਈਨ ਦੇ ਵਿੱਚ ਐਂਟਰ ਕਰਨ ਤੋਂ ਪਹਿਲਾਂ, ਜੇਕਰ ਤੁਸੀਂ ਕੰਪੀਟੀਸ਼ਨ ਕਰਨੀ ਆ। ਜੇਕਰ ਨੋਰਮਲੀ ਇੱਕ ਫਿਲਮ ਸਟਾਰ ਵਾਂਗੂ ਦੇਖਣਾ ਗਾ, ਮਤਲਬ ਠੀਕ ਸਾਈਜ਼, ਨੋਟ ਜੌਨ ਅਬਰਾਹਮ ਵਰਗਾ ਸਾਈਜ਼ ਜੇ ਬਣਾਉਣਾ, ਉਹ ਵੀ ਲੈਂਦੇ ਨੇ ਸਟੈਰੋਇਡਸ, ਤਾਂ ਤੁਸੀਂ ਇਕੱਲੇ ਸਪਲੀਮੈਂਟਸ 'ਤੇ ਸਰਵਾਈਵ ਕਰ ਸਕਦੇ ਹੋ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈਗੀ। ਅਤੇ ਬਾਕੀ ਮੈਨੂੰ ਲੱਗਦਾ ਵੀ ਸਾਰੀਆਂ ਗੱਲਾਂ ਜਿਹੜੀਆਂ ਕਲੀਅਰ ਹੋ ਗਈਆਂ ਹੋਣਗੀਆਂ। ਅਤੇ ਵੀਡੀਓ ਜੇਕਰ ਚੰਗੀ ਲੱਗੀ ਤਾਂ ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰ ਦਿਉ, ਅਤੇ ਕਿਸੇ ਦੇ ਧੀ ਪੁੱਤ ਨੂੰ ਬਿਨਾਂ ਗੱਲੋਂ ਬਦਨਾਮ ਨਹੀਂ ਕਰੀਦਾ ਹੁੰਦਾ। ਬੰਦਾ ਆਪਦੇ ਰਿਸਕ 'ਤੇ ਕਰ ਰਿਹਾ ਸੀ ਜਿਹੜਾ ਕੁਛ ਕਰ ਰਿਹਾ ਸੀ, ਉਸ ਬੰਦੇ ਨੇ ਨਾਮ ਬਣਾਇਆ, ਆਪਣੇ ਰਿਸਕ 'ਤੇ ਬਣਾਇਆ, ਆਪਦੇ ਖਰਚੇ 'ਤੇ ਬਣਾਇਆ, ਇੱਕ ਛੋਟੇ ਜਿਹੇ ਪਰਿਵਾਰ ਤੋਂ ਲੈ ਕੇ ਵਰਲਡ ਲੈਵਲ 'ਤੇ ਆਪਣਾ ਨਾਮ ਬਣਵਾਇਆ, ਉਹ ਵੀ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਅਤੇ ਮੈਂ ਅੰਤ ਦੇ ਵਿੱਚ ਇੱਕ ਇੱਛਾ ਕਰਦਾ, ਕਾਮਨਾ ਕਰਦਾ ਕਿ ਕੁਦਰਤ ਉਸ ਵੀਰ ਨੂੰ, ਜਿਹੜਾ ਉਸ ਵੀਰ ਦੀ ਫੈਮਿਲੀ ਨੂੰ, ਇਸ ਭਾਣੇ ਨੂੰ ਮੰਨਣ ਦਾ ਬਲ ਬਖਸ਼ੇ। ਇੰਨਾ ਕਹਿੰਦਾ ਹੋਇਆ ਤੁਹਾਡੇ ਤੋਂ ਇਜਾਜ਼ਤ ਚਾਹੁੰਦਾ, ਧੰਨਵਾਦ।